हाँ जी प्यारे दोस्तों, मेरे नाल ना जिहड़ा बंदा आ इहदा नाम हैगा रिहान। तो ये भाई घोड़ी लिया नवी नवी, तो सब तो वड्डी गल आ अपने लई फायदे वाली ये आ भी ये आपां पेज तो पट लिया अपने तो, ये बूटा आपां ये कह सकते हैं भी अपने पेज तो लग गया। जदों मैं फार्म ते आया सनी हुणा ते, तो मैनू इहने आ के रिहान ने मैनू दस्या कि अंकल मैं घोड़ी लिया तेरे पेज तो देख के आपदे वास्ते, तो मेरी इंटरव्यू करके जानी है स्पैशल, मेरी घोड़ी की वीडियो फिल्मानी आ, मेरे पापे वालियाँ रह जाण तां कहिंदा रह जाण, इहने मैनू इत्थों तक कहता। तो जे कहिंदा तू मेरे वाली ना कीती तो मैं पापे वाली देखनी नहीं, फिर ये जाणदा इत्थों तक करड़ा काम करता सी। तो अज आपां रिहान नाल करदे आ गलबात भी ये की खांदी आ, कित्थों लिया। रिहान मैनू इउं दस बई ਵੀ ਇਹ ਘੋੜੀ ਲਿਆਂਦੀ ਕਿੱਥੋਂ ਆਪਾਂ? ਇਹ ਲਈ ਆ ਬੈਡ ਸਟਟ ਫਾਰਮ ਤੋਂ। ਬੈਡ ਸਟਟ ਫਾਰਮ ਤੋਂ? ਅੱਛਾ, ਵਿਕਰਾਂਤ ਸ਼ਰਮੇ ਕੋਲੋਂ ਆਈ ਹੈ ਇਹ। ਤੇ ਪੁੱਤ ਮੈਨੂੰ ਇਉਂ ਦੱਸ ਵੀ ਇਹ ਐਡੀ ਕੀ ਰਹੂ ਕਿ ਇਦੋਂ ਵੱਡੀ ਹੋ ਜੂ? ਇਹਦੀ ਹਾਈਟ ਫੁੱਲ ਹੈ। ਅੱਛਾ, ਇਹ ਫੁੱਲ ਹਾਈਟ ਹੈ ਇਹਦੀ ਐਡੀ? ਠੀਕ ਆ। ਤੇ ਪੁੱਤ ਮੈਨੂੰ ਇਉਂ ਦੱਸ ਵੀ ਇਹ ਫੁੱਲ ਹਾਈਟ ਆ, ਇਹ ਹੁਣ ਤੂੰ ਇਹ ਤੇ ਬੈਠ ਬੁੱਠ ਜਾਂਦਾ ਇਹਦੇ ਉੱਤੇ? ਤੇ ਇਹ ਵੱਢਦੀ ਵੁੱਢਦੀ ਨਹੀਂ ਹੈ, ਡਰ ਨਹੀਂ ਲੱਗਦਾ ਤੈਨੂੰ ਇਹਦੋਂ? ਤੇਰਾ ਪਾਪਾ ਤੈਨੂੰ, ਤੇਰੀ ਮੰਮੀ ਨੀ ਤੈਨੂੰ ਰੋਕਦੀ ਵੀ ਪੁੱਤ ਘੋੜਿਆਂ ਚ ਨਾ ਜਾਇਆ ਕਰ, ਤੇਰੇ ਸੱਟ ਲੱਗ ਜੂਗੀ? ਨਹੀਂ। ਤੇ ਫਿਰ ਤੂੰ ਮੈਨੂੰ ਇੱਕ ਸੱਚ ਹੋਰ ਗੱਲ ਦੱਸ, ਤੇ ਜਦੋਂ ਤੁਸੀਂ ਸਕੂਲੇ ਜਾਂਦੇ ਹੁੰਦੇ ਆਪਦੀ ਕਲਾਸ 'ਚ ਬੈਠਦੇ, ਹੁਣ ਤਾਂ ਸਕੂਲ ਬੰਦ ਆ, ਜਦੋਂ ਸਕੂਲੇ ਜਾਂਦੇ ਹੁੰਦੇ ਸੀ ਫਿਰ ਉੱਥੇ ਆਪਦੇ ਆੜੀਆਂ ਨਾਲ ਗੱਲਾਂ ਗੁੱਲਾਂ ਕਰਦਾ ਹੁੰਦਾ ਵੀ ਸਾਡੇ ਘੋੜੇ ਰੱਖੇ ਆ, ਅਸੀਂ ਝੂਟਾ ਲੈਂਦੇ ਹੁੰਦੇ ਆ, ਹੈਂ ਹੈਂ ਦੱਸਦਾ ਹੁੰਦਾ ਜੀ ਆਪਣੇ ਆੜੀਆਂ ਬੁੜੀਆਂ ਨੂੰ, ਝੂਠ ਝਾੜ ਵੀ ਮਾਰਦਾ ਹੁੰਦਾ ਵੀ ਮੈਂ ਘੋੜੇ 'ਤੇ ਚੜ੍ਹ ਜਾਂਦਾ, ਮੈਂ ਘੋੜਾ ਫੜ ਲਿਆ ਥੱਲੇ ਨੱਪ ਲਿਆ, ਐਂ ਕਰਦਾ ਹੁੰਦਾ ਜੀ, ਝੂਠ ਝਾੜ ਮਾਰਦਾ? ਮਾਰ ਦਿੰਦਾ ਜੀ? ਝੂਠ ਨਹੀਂ ਮਾਰਦਾ, ਹੈਂ ਸੱਚੀ ਸੱਚੀ ਗੱਲ ਹੀ ਦੱਸਦਾ। ਅਤੇ ਫਿਰ ਤੂੰ ਮੈਨੂੰ ਇਉਂ ਦੱਸ ਤੇ ਇਹ ਇਹਦੇ ਇਹਦੀ ਖੁਰਾਕ ਖਰੂਕ ਇਹਨੂੰ ਕੌਣ ਪਾ ਰਿਹਾ? ਮੈਂ ਪਾ ਰਿਹਾ ਹਜੇ ਤੱਕ। ਆਪ ਇਹ ਕੀ ਖਾਂਦੀ ਕੀ ਆ? ਹਾਂਜੀ, ਪਾਪਾ ਦੀ ਫੀਡ ਦਾ ਕੰਮ ਆ, ਉਹ ਖਾਂਦੀ ਆ। ਅੱਛਾ, ਜਿਹੜੀ ਤੇਰੇ ਪਾਪੇ ਦੀ ਫੀਡ ਦਾ ਕੰਮ ਆ, ਫੈਕਟਰੀ ਆ, ਉਹ ਫੀਡ ਖਾਂਦੀ ਆ? ਤੇ ਉਹ ਫੀਡ ਨਾਲ ਇਹ ਤੰਦਰੁਸਤ ਆ ਪੂਰੀ? ਕਹਿਮ ਆ ਪੂਰੀ? ਤੇ ਜੇ ਮੈਂ ਝੂਟਾ ਲੈ ਲਾਂ, ਮੇਰਾ ਲੋੜ ਤਾਂ ਨਹੀਂ ਮੰਨੂਗੀ ਇਹ? ਮੇਰਾ ਭਾਰ ਚੱਕ ਲੂ? ਅੱਛਾ, ਊਂ ਪੱਕਾ ਤੂੰ ਗੱਲ ਸੁਣ ਲਾ ਮੇਰੀ, ਤੂੰ ਊਈ ਤਾਂ ਨਹੀਂ ਪਾਪੇ ਤੋਂ ਡਰਦਾ ਕਹੀ ਜਾਂਦਾ ਵੀ ਪਾਪੇ ਵਾਲੀ ਫੀਡ ਖਾਂਦਾ ਕਿ ਸੱਚੀ ਖਾਂਦੀ ਆ ਪਾਪੇ ਵਾਲੀ? ਸੱਚੀ ਖਾਂਦੀ ਆ। ਸੱਚੀ ਖਾਂਦੀ ਆ ਪਾਪੇ ਵਾਲੀ? ਤੇ ਹੋਰ ਇਹ ਪਾਣੀ ਕਿੰਨਾ ਪੀ ਜਾਂਦੀ? ਕਿੰਨੇ ਵਾਰੀ ਪਾਣੀ ਪਿਆਉਂਦੇ ਆ ਫਿਰ ਇਹਨੂੰ ਦਿਹਾੜੀ 'ਚ? ਦੋ ਵਾਰ ਪਿਆਉਂਦੇ ਆ। ਦੋ ਤਿੰਨ ਵਾਰ ਪਾਣੀ ਪਿਆ ਦਿੰਦੇ ਆ, ਹੈਂ? ਤੇ ਨਹਾਉਂਦੇ ਕਿੰਨੇ ਵਾਰ ਆ ਇਹਨੂੰ? ਹਫ਼ਤੇ 'ਚ ਦੋ ਵਾਰ। ਦੋ ਵਾਰ ਹਫ਼ਤੇ 'ਚ ਨਹਾ ਦਿੰਦੇ ਆ, ਹੈਂ? ਤੇ ਇੱਕ ਮੈਨੂੰ ਤੂੰ ਹੋਰ ਗੱਲ ਦੱਸ ਵੀ ਇਹਦੇ ਫਿਰ ਪੈਰ ਪੂਰਾਂ ਦਾ ਖਿਆਲ ਕਿਵੇਂ ਰੱਖਦਾ? ਕੌਣ ਬਣਾਉਂਦਾ ਇਹਦੇ ਪੈਰ? ਕੀ ਤੋਂ ਬਣਵਾਏ ਸੀ? ਪਰਮਿੰਦਰ ਅੰਕਲ ਤੋਂ? ਪਰਮਿੰਦਰ ਅੰਕਲ ਇਹਦੇ ਪੈਰ ਬਣਾ ਦਿੰਦੇ ਆ, ਹੈਂ? ਤੇ ਜਦੋਂ ਪੈਰ ਪੂਰ ਬਣਾਉਂਦੇ ਆ ਤੇ ਉਦੋਂ ਲੱਤ ਲੁੱਤ ਨਹੀਂ ਮਾਰਦੀ ਇਹ? ਨਹੀਂ। ਠੀਕ ਆ, ਕਿੰਨੇ ਚਿਰ ਬਾਅਦ ਪੈਰ ਬਣਾਉਂਦੇ? ਤੇ ਕੋਈ ਹੈ ਪਤਾ ਤੈਨੂੰ ਕਿੰਨੇ ਚਿਰ ਬਾਅਦ ਬਣਾਉਣੇ ਪੈਂਦੇ ਆ ਪੈਰ? 2 ਮੰਥ ਬਾਅਦ ਪੈਰ ਬਣਾਉਣੇ ਪੈਂਦੇ? ਲੈ ਯਾਰ, ਤੂੰ ਤਾਂ ਪੂਰਾ ਜਾਣਕਾਰ ਹੋ ਗਿਆ ਯਾਰ, ਕਮਾਲ ਹੋ ਗਈ ਗੱਲਬਾਤ। ਤੇ ਤੂੰ ਮੈਨੂੰ ਇਉਂ ਦੱਸ ਵੀ ਲੋਕਡਾਊਨ ਤੋਂ ਮਗਰੋਂ ਜਦੋਂ ਤੇਰੇ ਸਕੂਲ ਲੱਗੇ, ਤੇ ਤੈਨੂੰ ਜੇ ਸਕੂਲ ਭੇਜ ਦਿਆ ਕਰੇਗੇ ਤੇ ਬਾਹ ਕੇ ਸਕੂਲ ਉੱਠ ਜਾ ਕਰੇਗਾ ਇੱਥੇ? ਹੈਂ, ਸਕੂਲ ਉੱਠ ਜਾ ਕਰੇਗਾ? ਕਿੰਨੀ ਦੂਰ ਆ ਸਕੂਲ? ਸਕੂਲ ਜਾਣੇ ਆ ਪੁੱਲ ਕੋਲੇ, ਮੋਟਰਸਾਈਕਲ ਹੋ ਗਏ। ਫਿਰ ਤਾਂ ਯਾਰ ਬਾਟ ਬਹੁਤ ਹੈ, ਥੱਕ ਜਾਇਆ ਕਰੂ ਵਿਚਾਰੀ ਯਾਰ, ਸਕੂਲ ਜਾਂਦੀ ਤਾਂ, ਹੈ ਨਾ? ਸਕੂਲ ਜਾਂਦੀ ਥੱਕ ਜਾਇਆ ਕਰੂ। ਚਲ ਆ ਕੇ ਝੂਟਾ ਝਾਟਾ ਲੈ ਲਿਆ ਕਰੀ। ਜਿੱਦਾਂ ਆਪਾਂ ਕਿਸੇ ਦਿਨ ਰਾਈਡਿੰਗ ਵਾਲੀ ਵੀਡੀਓ ਬਣਾ ਕੇ, ਹੁਣ ਤੂੰ ਟ੍ਰੇਨਡ ਹੋ ਗਿਆ ਮਾੜਾ ਮੋਟਾ ਕਿ ਹਜੇ ਸਿੱਖਦਾ? ਹਜੇ ਸਿੱਖਦਾ। ਤੇ ਜਿੱਦੇ ਤੂੰ ਹੋ ਗਿਆ ਟ੍ਰੇਨਡ, ਉਹਦੇ ਤੂੰ ਮੈਨੂੰ ਕਰਨਾ ਫੋਨ ਵੀ ਅੰਕਲ ਆ ਕੇ ਮੇਰੀ ਰਾਈਡਿੰਗ ਦੀ ਵੀਡੀਓ ਬਣਾ ਕੇ ਜਾ, ਤੇ ਉਦੇ ਆਪਾਂ ਰਾਈਡਿੰਗ ਦੀ ਵੀਡੀਓ ਦੁਬਾਰਾ ਬਣਾ ਕੇ। ਲਓ ਵੀ ਦਰਸ਼ਕੋ, ਗੱਲ ਸੁਣ ਲਓ ਮੇਰੀ, ਆਪਾਂ ਮੁੰਡੇ ਨੇ ਹਜੇ ਘੋੜੀ ਲਿਆਂਦੀ ਹੈ ਨਵੀਂ, ਹਜੇ ਤਾਂ ਮੁੱਢਲੇ ਫੰਕਸ਼ਨ ਹੀ ਸਿੱਖਿਆ, ਪਹਿਲੇ ਜਿਹੜੇ ਪਹਿਲਾਂ ਫੰਕਸ਼ਨ ਹੁੰਦੇ ਆ ਉਹੀ ਘੋੜੀ ਦੇ, ਹਜੇ ਪੂਰੀ ਅੰਦਰੂਨੀ ਜਾਣਕਾਰੀ ਨਹੀਂ ਸਿੱਖਿਆ। ਇੱਕ ਤਾਂ ਆਪਾਂ ਮਹੀਨੇ ਡੇਢ ਮਹੀਨੇ ਬਾਅਦ ਇਹਨੂੰ ਦੇਖਣਾ ਵੀ ਇਹ ਰਾਈਡਿੰਗ ਕਿੰਨੀ ਕੁ ਸਿੱਖ ਗਿਆ। ਆ ਕੇ ਤੁਸੀਂ ਮੈਨੂੰ ਯਾਦ ਕਰਾਉਣਾ ਕਮੈਂਟ ਬਾਕਸ ਦੇ ਵਿੱਚ ਵੀ ਰਿਹਾਨ ਦੀ ਵੀਡੀਓ ਕਰੋ, ਦੱਸੋ ਕਿ ਉਹ ਰਾਈਡਿੰਗ ਕਿੰਨੀ ਸਿੱਖ ਗਿਆ। ਇੱਕ ਤਾਂ ਆਪਾਂ ਰਾਈਡਿੰਗ ਇਹਦੀ ਦੇਖਣੀ ਆ ਮਹੀਨੇ ਨੂੰ ਆ ਕੇ। ਮੈਂ ਬੇਟਾ ਇੱਕ ਮਹੀਨੇ ਨੂੰ ਆਊਂ, ਇੱਕ ਮਹੀਨੇ ਨੂੰ ਮੈਂ ਤੇਰੀ ਫਿਰ ਇੰਟਰਵਿਊ ਕਰੂੰ।
ठीक है, ओदे मैं पूछना है कि किन्ना दाना खांदी है, किन्ना पानी पींदी है, ते किन्नी राइडिंग किहो जी करदा, ठीक है, ओदे आपां सारी गलबात दुबारा फिर करांगे, ठीक है कि नहीं। किन्ने वारी तू राइडिंग सिखदा, डिग्गिया डिग्गिया कि नहीं डिग्गिया, किन्ना क प्यार करदी आ, ते इक मैनूं हसच होर दस, इहदा नां रखता हजे ना नहीं रखे, ते की हजे ता नहीं ना रखे भी सोचदा है ना, हजे सोचना है दा ना, सोचन टाइम लवेगा, फिर कित्थों लभेगा ना, इहदा कित्थों लभेगा, मैं कुछ सोचूंगा, किहदे नाल सलाह करेगा ना वास्ते, पापे नाल रह करेगा, बस ठीक है भी जानदा, हजे परिवार बैठूगा, अपना पैनल बैठूगा, मंत्री मंडल बैठूगा, उस फैसला आऊगा बई की ना धरना आपा, है ना, फिर उदू बाद मता पै के बई लो बई हजे परिवार दे विच मता पैना की ना होगा, फिर वह कागजां दे विच चढ़ूगा, फिर वह थोनू दसांगे असीं अगली बार नू। आपां तीन चीज़ां फलमाउणियां, एक तां इहदी राइडिंग, एक इहदी आपां इंटरव्यू करांगे भी इह की खांदी आ, ते तीजा आपां नां पुछणा। इह तीन चीज़ां आपणियां रहि गईआं, मैनूं याद करा दिओ महीने वीहां दिनां नू, वी रहान दी घोड़ी किहो जी होगी आपां देख के जाणी आ, ठीक है कि नहीं। अगले जदों असीं अगली वार नू आवे इहदू चमकदी होवे पूरे ਆਪਾਂ ਸਿਰਾ ਕਰ ਦੇਣਾ ਇਹਨੂੰ ਸਾਂਭਣ ਵਾਲਾ, ਠੀਕ ਹੈ ਕਿ ਨਹੀਂ। ਅਤੇ ਬੈਡ ਸਟੱਡ ਫਾਰਮ ਤੋਂ ਆ, ਕਹਿੰਦਾ ਮੁੰਡਾ ਕਹਿੰਦਾ ਆਈ ਹੈ, ਮੈਂ ਤਾਂ ਵੇਖੀ ਨਹੀਂ ਸੀ, ਉਹ ਗਰੇਵਾਲ ਤੋਂ ਆਈ ਹੈ ਨਾ ਬਾਈ, ਅਸਲ ਮੈਂ ਨਾ ਉਹ ਐਡਰੈਸ ਪੁੱਛ ਰਹੇ ਸੀ ਬੈਡ ਸਟੱਡ ਫਾਰਮ ਵਾਲਿਆਂ ਦੇ ਨਾਲ ਗਰੇਵਾਲ, ਹਾਂ ਗਰੇਵਾਲ ਤੋਂ ਹੀ, ਹਾਂ ਉੱਥੋਂ ਆਈ ਹੈ ਜੀ ਬੇਸਿਕਲੀ ਇਹ, ਹਾਂ ਗਰੇਵਾਲ ਸਾਹਿਬ ਕੋਲੇ ਦੇਖੀ ਸੀ ਮੈਂ, ਹਾਂ ਮੇਰੇ ਨਾਲ ਲੈਣ ਗਿਆ ਸੀਗਾ ਜੀ, ਇਹਨੂੰ ਉਹ ਬੈਡ ਸਟੱਡ ਫਾਰਮ ਯਾਦ ਰਹਿ ਗਿਆ ਛੋਟਾ ਨਾ, ਉਹਦੇ ਕਰਕੇ ਮੈਂ ਤਾਂ ਲੜਾਈ ਨੂੰ ਲੁਈ ਅੱਜ ਪੂਰੀ ਪੂਰੀ ਆ, ਰਗੜ ਰਗੜ ਕੇ ਇਹਨੇ ਆ ਪੂਰੀ ਚਮ ਕੱਢੀ, ਮੈਂ ਵੀਡੀਓ ਪਾਉਂ ਤੁਹਾਨੂੰ, ਪੂਰੀ ਆ ਨੜਾ ਕੇ ਮੈਂ ਵੱਟ ਕੱਢਤੇ ਆਉਂਦੀ, ਠੀਕ ਹੈ ਠੀਕ ਹੈ ਠੀਕ ਹੈ, ਫਿਰ ਆ ਕੇ ਪਰਮਿੰਦਰ ਵੀਰ ਨੂੰ ਕਹਾ ਪੈਰ ਬਣਾ ਦੇ ਇਹਦੇ ਵਧੀਆ ਜੇ ਜੀ, ਫਿਰ ਵਿਚਾਰੇ ਵੀਰ ਦੇ ਨਾਲ ਇਹਦੇ ਪੈਰ ਪੂਰ ਬਣਾਏ, ਇਹਨੂੰ ਲਗਾਮ ਲਗੂਮ ਸੈੱਟ ਕਰਕੇ ਦਿੱਤੀ ਮਾੜਾ ਮੋਟਾ, ਊ ਤੋਰ ਤੂਰ ਲੈਂਦਾ ਹੌਲੀ ਹੌਲੀ ਬੈਠਣ ਲੱਗ ਜੂਗਾ, ਅੱਜ ਪੁੱਤ ਫਿਰ ਕਾਠੀ ਅੱਜ ਹੀ ਲਿਆਂਦੀ ਉਹਨਾਂ ਨੇ, ਗਿਫਟ ਕੀਤੀ ਜੀ ਨਾਲ, ਓਹ ਹੋ ਕਾਠੀ ਉਹਨਾਂ ਨੇ ਗਿਫਟ ਕਰਤੀ ਨਾਲ ਹੀ, ਬਸ ਠੀਕ ਹੈ ਵੀ ਸੂਤਾ ਕੰਮ ਸੰਦ ਬੰਦੇ ਪੂਰੇ ਆ ਇਹਦੇ ਕੋਲੇ, ਅਗਲੀ ਵਾਰ ਨੂੰ ਆਪਾਂ ਦੇਖਣਾ ਕਿ ਟ੍ਰੇਂਡ ਕਿੰਨਾ ਕੁ ਹੋ ਗਿਆ, ਅੱਜ ਵਾਲੀ ਵੀਡੀਓ ਕਿਹੋ ਜਿਹੀ ਲੱਗੀ ਅਤੇ ਬਾਈ ਦੀ ਘੋੜੀ ਕਿਹੋ ਜਿਹੀ ਲੱਗੀ ਇਹ ਦੱਸਿਓ, ਮਾੜਾ ਜਿਹਾ ਰਹਿਣ ਗੇੜਾ ਕੱਢ ਕਢਾ ਦੇ ਸਾਨੂੰ ਇੱਕ, ਐਂ ਤੋਰ ਕੇ ਦਿਖਾ ਦੇ ਮਾੜੀ ਜੀ, ਤੋਰ ਕੇ ਦਿਖਾ ਦੇ ਕੇ ਨਾ ਚਲਾ ਕੇ ਦਿਖਾ, ਚੱਲ ਬਈ, ਬਸ ਠੀਕ ਆ ਬੇਟਾ ਠੀਕ ਆ, ਤੂੰ ਸਹੀ ਤੋਰਦਾ ਪੁੱਤ ਅਸੀਂ ਗਲਤ ਹਾਂ, ਉਹ ਉੱਥੋਂ ਦੀ ਲਿਆ, ਉਹ ਖਾਲੀ ਕੋਲੋਂ, ਉਹ ਪੈਪ ਕੋਲੋਂ ਜਾ ਕੇ ਲਿਆ, ਹਾਂ ਬਸ ਇੱਧਰ ਨੂੰ ਲਿਆ ਪੁੱਤ ਕੈਮਰੇ ਵੱਲ ਨੂੰ ਸਿੱਧੀ, ਬਾਈ ਇਹ ਤਾਂ ਪੂਰੀ ਕਾਬਲ ਆ ਜੇ ਕ੍ਰੋਸ ਕਰੂਸ ਕਰਾਉਣੀ ਹੋਵੇ, ਹਾਂਜੀ ਬਿਲਕੁਲ, 4 ਮਹੀਨੇ ਦੀ ਸੌਰੀ 4 ਸਾਲ ਦੀ ਹੈ ਜੀ, ਹਨਾ 4 ਦਾ ਜੀ, ਕੱਟ ਦੇ ਬੇਟਾ।